ਅਨਾਜ ਮੰਡੀ ਸਰਹੰਦ ਵਿਖੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਆੜ੍ਹਤੀ ਮਨਦੀਪ ਸਿੰਘ ਵੀ ਮੌਜੂਦ ਸਨ। ਉਹਨਾਂ ਦਾ ਕਹਿਣਾ ਹੈ ਕਿ ਆੜ੍ਹਤੀਆਂ ਦੀ ਹੜਤਾਲ ਕਾਰਨ ਕਿਸਾਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ। ਪ੍ਰਬੰਧ ਤੁਸੀਂ ਦੇਖ ਲਏ ਕਿ ਕਿਸਾਨ ਖੜ੍ਹੇ ਨੇ ਕੋਲ ਅਤੇ ਕਿਸਾਨ ਤਰਪਾਲਾਂ ਪਾ ਕੇ ਘਰ ਨੂੰ ਜਾ ਰਹੇ ਨੇ ਝੋਨੇ 'ਤੇ ਕਿ ਤਰਪਾਲ ਪਾਤੀ, ਕੋਈ ਪਤਾ ਨਹੀਂ ਕਦੋਂ ਇਹਨੂੰ ਚੱਕਣਾ, ਕਦੋਂ ਇਹਦੀ ਖਰੀਦਦਾਰੀ ਹੋਊਗੀ। ਸੋ ਤੁਸੀਂ ਮੰਡੀ ਦੇ ਵਿੱਚ ਹਾਲਾਤ ਦੇਖੋਗੇ, ਜਿੰਨੀਆਂ ਢੇਰੀਆਂ ਵੀ ਆਈਆਂ ਨੇ, ਹਾਲਾਂਕਿ ਸ਼ੁਰੂਆਤ ਹੋਈ ਆ, ਪਰ ਜਿੰਨੀਆਂ ਵੀ ਢੇਰੀਆਂ ਆਈਆਂ ਨੇ, 1 ਤਰੀਕ ਨੂੰ ਪੰਜਾਬ ਸਰਕਾਰ ਨੇ ਕਿਹਾ ਸੀ ਖਰੀਦਦਾਰ ਸ਼ੁਰੂ ਕਰਾਂਗੇ, ਪਰ ਖਰੀਦਦਾਰੀ ਨਹੀਂ ਹੋਈ। ਕਾਰਨ, ਕਿਉਂਕਿ ਆੜ੍ਹਤੀ ਭਾਈਚਾਰਾ ਸਾਰਾ ਹੜਤਾਲ 'ਤੇ ਆ, ਕਾਰਨ ਸੈਲਰ ਐਸੋਸੀਏਸ਼ਨ ਹੜਤਾਲ 'ਤੇ ਆ, ਕਾਰਨ ਪਿਛਲੇ ਸਾਲ ਸਾਢੇ ਚਾਰ ਮਹੀਨੇ ਜਿਹੜੇ ਸੈਲਰ ਨੇ ਉਹ ਬੰਦ ਰਹੇ, ਉਹਦਾ ਉਹ ਲੇਟ ਆ ਜਿਹੜਾ ਉਹ ਬੰਦ ਸੈਲਰ ਰਹੇ, ਉਹਦਾ ਖਮਿਆਜ਼ਾ ਹੁਣ ਭੁਗਤਣਾ ਪੈਣਾ, ਕਿਉਂਕਿ ਜਿਹੜਾ ਸਟੋਕ ਆ ਗਏ ਗੋਦਾਮਾਂ ਦੇ, ਸਰਕਾਰੀ ਗੋਦਾਮਾਂ ਦੇ ਵਿੱਚ, ਉਹ ਕਿਸੇ ਨੇ ਚੱਕਿਆ ਨਹੀਂ। ਅਤੇ ਉਹਦੇ ਲਈ ਸੈਲਰ ਵਾਲਿਆਂ ਨੂੰ ਇਹ ਹੈ ਕਿ ਜੇ ਸਾਡੇ ਕੋਲ ਝੋਨਾ ਆ ਗਿਆ, ਅੱਗੇ ਜਾਣਾ ਨਹੀਂ, ਅੱਗੇ ਲਾਉਣ ਨੂੰ ਜਗ੍ਹਾ ਨਹੀਂ, ਅਤੇ ਉਹਨਾਂ ਨੇ ਆੜ੍ਹਤੀਆਂ ਤੋਂ ਨਹੀਂ ਚੱਕਣਾ। ਅਤੇ ਆੜ੍ਹਤੀਆਂ ਨੂੰ ਇਹ ਵੀ ਜਦੋਂ ਸਾਡੀ ਬੋਰੀ ਭਰੀ ਹੋਈ ਕਿਸੇ ਨੇ ਚੱਕਣੀ ਨਹੀਂ, ਅਸੀਂ ਇਹਦੀ ਖਰੀਦਦਾਰੀ ਕਰਕੇ ਬੋਰੀ 'ਚ ਪਾਈਏ ਕਿਉਂ? ਸੋ ਜਦੋਂ ਬੋਰੀ 'ਚ ਨਹੀਂ ਪੈਣਾ, ਕਿਸੇ ਨੇ ਚੱਕਣਾ ਨਹੀਂ, ਕਿਸੇ ਨੇ ਖਰੀਦਣਾ ਨਹੀਂ, ਤਾਂ ਬੋਲੀ ਕਿਵੇਂ ਹੋਊ, ਉਹਦੀ ਖਰੀਦਦਾਰੀ ਕਿਵੇਂ ਹੋਊ? ਜਦੋਂ ਇਹ ਸਾਰਾ ਕੁਝ ਹੋਣਾ ਨਹੀਂ, ਤਾਂ ਇਹਦਾ ਮਤਲਬ ਕਿਸਾਨ ਅਤੇ ਕਿਸਾਨ ਦੀ ਫਸਲ ਅੱਜ ਪੰਜਾਬ ਦੇ ਵਿੱਚ ਮੰਡੀਆਂ 'ਤੇ, ਸੜਕਾਂ 'ਤੇ, ਗਲੀਆਂ 'ਚ ਰੋਣ ਲਈ ਤਿਆਰ ਖੜੀ ਆ, ਅਤੇ ਪੰਜਾਬ ਦਾ ਕਿਸਾਨ ਬਹੁਤ ਵੱਡੇ ਸੰਕਟ ਦੇ, ਮੈਂ ਕਹਿੰਦਾ ਕਿ ਸਾਹਮਣੇ ਖੜ੍ਹਾ ਬਿਲਕੁਲ, ਕਿਉਂਕਿ ਜਿਹੜੇ ਹਿਸਾਬ ਨਾਲ ਪਹਿਲੇ ਦਿਨਾਂ 'ਚ ਦ੍ਰਿਸ਼ ਦਿਖ ਰਹੇ ਨੇ ਅਤੇ ਜਿਹੜੇ ਹਾਲਾਤ ਬਣੇ ਹੋਏ ਨੇ, ਆਪਾਂ ਦੇਖ ਰਹੇ ਹਾਂ ਕਿ ਆੜ੍ਹਤੀ ਅਤੇ ਸੈਲਰ ਵਾਲੇ ਸਾਰੇ ਬਾਈਕਾਟ ਕਰੀ ਫਿਰਦੇ ਨੇ। ਮੈਨੂੰ ਲੱਗਦਾ ਨਹੀਂ ਕਿ ਆਉਣ ਵਾਲੇ ਦਿਨਾਂ 'ਚ ਜਲਦੀ ਇਹ ਖਰੀਦਦਾਰੀ ਸ਼ੁਰੂ ਹੋਊਗੀ। ਉਹ ਤੋਂ ਬਾਅਦ ਖਰੀਦਦਾਰੀ ਹੋ ਕੇ ਫਿਰ ਉਹ ਬੋਰੀ 'ਚ ਕੋਈ ਪਾਉਂਦਾ, ਅੱਗੇ ਚੱਕਦਾ, ਕੋਈ ਕੀ ਬਣਦਾ ਇਹਦੇ ਬਾਰੇ, ਇਹ ਪਰਮਾਤਮਾ ਹੀ ਜਾਣਦਾ। ਇਹ ਵੀ ਨਵੇਂ ਹੀ ਬਦਲਾਅ ਏ ਪੰਜਾਬ ਦੇ ਵਿੱਚ ਕਿ ਐਡੇ ਵੱਡੇ ਸੰਕਟ ਲਈ ਪੰਜਾਬ ਸਰਕਾਰ ਨੇ ਕਿਸਾਨ ਪੰਜਾਬ ਦਾ ਖੜਾ ਤਿਆ, ਅਤੇ ਕੋਈ ਬਾਤ ਪੁੱਛਣ ਵਾਲਾ ਨਹੀਂ। ਸੋ ਅਸੀਂ ਤਾਂ ਅੱਜ ਪੰਜਾਬ ਦੀ, ਪੰਜਾਬ ਦੇ ਕਿਸਾਨਾਂ ਦੀ, ਇੱਥੇ ਉਹਨਾਂ ਦੇ ਹੱਕ 'ਚ ਹਾਂ ਦਾ ਨਾਰਾ ਮਾਰਨ ਲਈ ਆਏ ਹਾਂ ਪਹਿਲੇ ਦਿਨ ਹੀ, ਤਾਂ ਕਿ ਮਾੜੀ ਮੋਟੀ ਸਰਕਾਰ ਸਤਰਕ ਰਹੇ। ਅਤੇ ਇਹਨਾਂ, ਸਾਡਾ ਮਕਸਦ ਇਹ ਆ ਕਿ ਫਸਲ ਟਾਈਮ ਨਾਲ ਚੱਕੀ ਜਾਵੇ, ਅਤੇ ਜਿਹੜੀ 6 ਮਹੀਨੇ ਧੀਆਂ ਪੁੱਤਾਂ ਵਾਂਗ ਫਸਲ ਕਿਸਾਨ ਨੇ ਪਾਲੀ ਆ, ਉਹ ਰੁਲੇ ਨਾ, ਉਹਦੀ ਫਸਲ ਵਿਕੇ ਅਤੇ ਉਹ ਆਪਣੇ ਪਰਿਵਾਰ ਨੂੰ ਚਲਾ ਸਕੇ। ਆੜ੍ਹਤੀਆਂ ਦਾ ਕਹਿਣਾ ਕਿ ਜਿਹੜਾ 2.5 ਰੁਪਏ ਵਾਧਾ ਸਟੇਟ ਆਪਣੀ ਹਰਿਆਣਾ ਸਟੇਟ ਦੇ ਰਹੀ ਆ, ਅਤੇ ਸਾਡੇ ਨੂੰ ਸਾਨੂੰ ਨਹੀਂ ਦੇ ਰਹੀ, ਪੰਜਾਬ ਸਟੇਟ ਗੌਰਮੈਂਟ ਨੇ ਦੇਣਾ ਹੁੰਦਾ। ਪੰਜਾਬ ਨੇ ਕੁਛ ਨਹੀਂ ਦੇਣਾ, ਪੰਜਾਬ ਸਰਕਾਰ ਸਿਰਫ ਗੱਲਾਂ ਦਾ ਕੜਾ ਏ, ਬਦਲਾਅ ਦਾ ਝੂਠਾ ਲਾ ਰਿਹਾ ਏ। ਜਦੋਂ ਕਿਸੇ ਨੂੰ ਕੁਝ ਮਿਲਣਾ ਨਹੀਂ, ਜੇ ਕਿਸੇ ਨੂੰ ਕੁਝ ਦੇਣਾ ਨਹੀਂ, ਤਾਂ ਮਤਲਬ ਸਾਰੇ ਅੱਜ ਪੰਜਾਬ ਦੇ ਵਿੱਚ ਵਪਾਰੀ ਵੀ, ਕਿਸਾਨ ਵੀ, ਸਾਰੀ ਦੁਖੀ ਨੇ। ਇਹ ਪਹਿਲੀ ਸਰਕਾਰ ਆ ਜਿਸ ਤੋਂ ਕੋਈ ਵੀ ਖੁਸ਼ ਨਹੀਂ, ਨਾ ਪੰਜਾਬ ਦਾ ਵਪਾਰੀ, ਨਾ ਪੰਜਾਬ ਦਾ ਕਿਸਾਨ, ਨਾ ਪੰਜਾਬ ਦਾ ਨੌਜਵਾਨ, ਨਾ ਪੰਜਾਬ ਦੀਆਂ ਭੈਣਾਂ, ਨਾ ਔਰਤਾਂ, ਨਾ ਮਜ਼ਦੂਰ, ਹਰ ਵਰਗ, ਮੁਲਾਜ਼ਮ ਵਰਗ ਤੋਂ ਲੈ ਕੇ ਹਰ ਵਰਗ ਕੂਕਾਂ ਮਾਰ ਮਾਰ ਰੋ ਰਿਹਾ ਕਿ ਉਹ ਕਿਹੋ ਜਿਹੇ ਬਦਲਾਅ ਨੂੰ ਵੋਟ ਪਾ ਲਈ, ਜਿਹੜਾ ਅੱਜ ਹਰ ਵਰਗ ਰੋਣ ਲਈ ਮਜਬੂਰ ਹੋਇਆ ਪਿਆ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ, ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈੱਲ ਆਈਕਨ 'ਤੇ ਕਲਿੱਕ ਕਰੋ।